ਡੇਰਾ ਸਤਸੰਗ ਕਰ ਕਾਨਾ ਢੇਸੀਆਂ ਦੇ ਮੁੱਖ ਸੇਵਾਦਾਰ ਸੰਤ ਧਰਮਿੰਦਰ ਸਿੰਘ ਜੀ ਵੱਲੋਂ ਇਸ ਬੰਦ ਦਾ ਸ਼ਿਕਾਰ ਹੋਏ ਲੋੜਵੰਦ ਪਰਿਵਾਰਾਂ ਵਾਸਤੇ ਲੰਗਰ ਭੇਜਿਆ ਗਿਆ। ਗੁਰਾਇਆਂ ਅਤੇ ਉਸਦੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਵਾਸਤੇ ਭੇਜੇ ਗਏ ਲੰਗਰ ਦੀ ਵੰਡ ਨਾਇਬ ਤਹਿਸੀਲਦਾਰ ਗੁਰਾਇਆਂ ਸਾਹਿਬ ਦਿਆਲ ਅਤੇ SHO ਗੁਰਾਇਆਂ ਕੇਵਲ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ SHO ਗੁਰਾਇਆਂ ਕੇਵਲ ਸਿੰਘ ਨੇ ਡੇਰੇ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਤ ਧਰਮਿੰਦਰ ਸਿੰਘ ਜੀ ਨੇ ਡੇਰੇ ਵੱਲੋਂ ਰੋਜ਼ਾਨਾ ਹੀ ਲੋੜਵੰਦ ਪਰਿਵਾਰਾਂ ਵਾਸਤੇ ਲੰਗਰ ਭੇਜਣ ਦਾ ਭਰੋਸਾ ਦਿੱਤਾ ਹੈ ਤਾਂ ਕਿ ਗੁਰਾਇਆਂ ਇਲਾਕੇ ਦਾ ਕੋਈ ਪਰਿਵਾਰ ਇਸ ਬੰਦ ਦੇ ਦੌਰਾਨ ਭੁੱਖਾ ਨਾ ਰਹਿ ਸਕੇ। ਅੱਜ ਸਾਡੇ ਸ਼ਹਿਰ ਗੁਰਾਇਆਂ ਵਿੱਚ ਜੋ ਪ੍ਰਵਾਸੀ ਮਜ਼ਦੂਰ ਦਿਹਾੜੀਦਾਰ ਕੁੱਲੀਆਂ 'ਚ ਝੁੱਗੀਆਂ 'ਚ ਰਹਿਣ ਵਾਲੇ ਬੰਦਿਆਂ ਨੂੰ ਸਭ ਬਾਬਾ ਪਰਮਿੰਦਰ ਸਿੰਘ ਜੀ ਕਾਨਾ ਢੇਸੀਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਅਸੀਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਅਤੇ ਮੈਂ ਖੁਦ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਾਰੇ ਹੀ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਕਰ ਸਕਦੇ ਹਾਂ ਇਸ ਉਪਰਾਲੇ ਵਿੱਚ ਆਪਣਾ ਸਹਿਯੋਗ ਦੇਣਾ ਚਾਹੁੰਦਾ। ਅੱਜ ਸੰਤ ਪਰਮਿੰਦਰ ਸਿੰਘ ਜੀ ਵੱਲੋਂ ਡੇਰਾ ਕਾਨਾ ਢੇਸੀਆਂ ਵੱਲੋਂ ਬਹੁਤ ਭਾਰੀ ਮਾਤਰਾ ਵਿੱਚ ਗਰੀਬ ਪਰਿਵਾਰਾਂ ਨੂੰ ਲੰਗਰ ਤਿਆਰ ਕਰਕੇ ਵਰਤਾਇਆ ਗਿਆ। ਬਾਬਾ ਜੀ ਖੁਦ ਇਸ ਲੰਗਰ ਵਰਤਾਉਣ ਦੇ ਵਿੱਚ ਸ਼ਾਮਿਲ ਹੋਏ ਔਰ ਬਾਬਾ ਜੀ ਨੇ ਇਹ ਲੋਕਾਂ ਨੂੰ ਅਪੀਲ ਕੀਤੀ ਵੀ ਕਿਸੇ ਨੂੰ ਵੀ ਭੁੱਖਾ ਨਹੀਂ ਮਰਨ ਦਿੱਤਾ ਜਾਊਗਾ। ਜਿੰਨੇ ਵੀ ਲੰਗਰ ਦੀ ਲੋੜ ਹੈਗੀ ਆ ਹਰ ਰੋਜ਼ 1 ਵਜੇ ਬਣ ਕੇ ਗਰਾਇਆਂ ਸ਼ਹਿਰ ਦੇ ਵਿੱਚ ਆਇਆ ਕਰੂਗਾ। ਜਿਹੜਾ ਵੀ ਲੋੜਵੰਦ ਵਿਅਕਤੀ ਇਸ ਲੰਗਰ ਦਾ ਲੰਗਰ ਲੈ ਸਕਦਾ। ਇਹ ਬਾਬਾ ਜੀ ਉਹਨਾਂ ਨੇ ਬਹੁਤ ਹੀ ਵੱਡੀ ਤਦਾਦ ਵਿੱਚ ਲੰਗਰ ਤਿਆਰ ਕਰਕੇ ਗਰੀਬ ਲੋਕਾਂ ਤੱਕ ਪਹੁੰਚਾ ਕੇ ਬਹੁਤ ਵੱਡਾ ਪਰਉਪਕਾਰ ਕੀਤਾ। ਬਾਬਾ ਜੀ ਦੀ ਅਪੀਲ ਆ ਵੀ ਹਰ ਰੋਜ਼ ਜਿੰਨੇ ਦਿਨ ਇਹ ਚੱਲ ਰਿਹਾ ਬੰਦ ਦਾ ਚੱਲੂਗਾ ਉੱਨੇ ਦਿਨ ਬਾਬਾ ਜੀ ਉਹ ਲੰਗਰ ਭੇਜੋ।